लो जी दोस्तों अपनी प्लेट के भटूरे आ चुके हैं। ये छोले आ उत्ते ग्रेवी पाई उत्ते पनीर आ दोस्तों, उस तो बाद नाल खट्टा आ, तो उस तो बाद दोस्तों इन्हों ने रखे हुआ इन्हों का परसनल बनाया हुआ अचार जिहड़ा कि दोस्तों बहुत ही ज़्यादा स्वाद हुंदा आ। तो उस तो बाद दोस्तों प्याज नाल चटनी ते नाल बहुत ही फ्लफी जिहे भटूरे जिहड़े कि दोस्तों तुहाडे मूँह दे विच पाउंदे ही होंदे ने। बस बस जी। सो दोस्तों दुध थोड़ा तो नहीं मिलिया पर आपां छबील दे विच सच्ची दुध थोड़ा मिल गया अज्ज। देखो किस्मत अपनी ते न्यूट्री दोस्तों तुसीं देख सकदे हो किन्नी वधिया हुंदी इहनां दी। ते दे उपर दोस्तों देसी घी पाउंदे ने उपर, इह ते दोस्तों कुलचे ने, कुलचे जिहड़े दोस्तों हैगे आ स्पैशल अमृतसर तों दोस्तों कुलचे आउंदे ने इह। तो दोस्तों इहदे नाल ऑफर हुंदा लस्सी तुसीं जिन्नी मर्जी पी सकदे इत्थे न्यूट्री कुलचे लस्सी दोस्तों अनलिमिटेड फ्री आ दोस्तों। हाँ जी सत श्री अकाल, की हाल चाल दोस्तों, मैं तुहाडा अपना दोस्त सफेद गुरप्रीत सिंह। तो अज हाँ मैं अपने शहर जलंधर दे विच अज मैं तुहानू दिखाऊंगा दोस्तों जलंधर का स्ट्रीट फूड जिहड़ा कि परसनली मैनू बहुत पसंद है। अगर तुम एक बार उस जगह तो चीज़ खा ली तुम कहोगे कि मैं हर रोज़ बार बार उस जगह तो चीज़ खाव। सो दोस्तों चलते हूँ दिखाने तुहानू जलंधर का फेमस स्ट्रीट फूड। लो जी दोस्तों फाइनली असीं पहुँच चुके हैं ਭਲਵਾਨ ਜੀ ਦੇ ਛੋਲੇ ਭਟੂਰੇ ਖਾਣ ਵਾਸਤੇ ਜਲੰਧਰ ਦੇ ਵਿੱਚ। ਦੋਸਤੋ ਇਹਨਾਂ ਦੀ ਜੋ ਦੁਕਾਨ ਹੈ ਦੋਸਤੋ ਇਹ ਲੰਮੇ ਪਿੰਡ ਤੋਂ ਥੋੜ੍ਹਾ ਜਿਹਾ ਅੱਗੇ ਜਾ ਕੇ ਦੋਸਤੋ ਇਹਨਾਂ ਦੀ ਰੇਹੜੀ ਲੱਗੀ ਹੁੰਦੀ ਆ ਜਿਹੜੀ ਕਿ ਦੋਸਤੋ ਮੈਂ ਕਹਿੰਦਾ ਕਿ ਅਸੀਂ 15 ਸਾਲ ਤੋਂ ਇਹਨਾਂ ਦੀ ਦੁਕਾਨ ਤੋਂ ਛੋਲੇ ਭਟੂਰੇ ਖਾ ਰਹੇ ਹਾਂ। ਬਹੁਤ ਹੀ ਵਧੀਆ ਦੋਸਤੋ ਇਹਨਾਂ ਦੇ ਛੋਲੇ ਭਟੂਰੇ ਹੁੰਦੇ, ਬਹੁਤ ਹੀ ਟੇਸਟੀ ਹੁੰਦੇ ਆ। ਅਤੇ ਮੈਂ ਆਪਣੇ ਵੱਲੋਂ ਪਰਸਨਲੀ ਤੁਹਾਨੂੰ ਹਾਈਲੀ ਰੈਕਮੈਂਡ ਕਰਦਾ ਹਾਂ ਕਿ ਇੱਕ ਵਾਰੀ ਜਾ ਕੇ ਜ਼ਰੂਰ ਇਹਨਾਂ ਦਾ ਟੇਸਟ ਚੈੱਕ ਕਰਕੇ ਆਇਓ ਜਿਹੜਾ ਕਿ ਦੋਸਤੋ ਬਹੁਤ ਹੀ ਲਾਜਵਾਬ ਹੁੰਦਾ ਹੈ। ਸੋ ਦੋਸਤੋ ਹੁਣ ਆਪਣੀ ਪਲੇਟ ਲਵਾਉਂਦੇ ਹਾਂ ਅਤੇ ਦਿਖਾਉਂਦੇ ਹਾਂ ਤੁਹਾਨੂੰ ਇਹਨਾਂ ਦੇ ਛੋਲੇ ਭਟੂਰਿਆਂ ਦੇ ਵਿੱਚ ਕੀ ਹੁੰਦਾ। ਲਓ ਜੀ ਦੋਸਤੋ ਆਪਣੀ ਪਲੇਟ ਲੱਗ ਰਹੀ ਹੈ। ਪਹਿਲਾਂ ਆ ਗਏ ਛੋਲੇ ਅਤੇ ਦੋਸਤੋ ਉਹਦੇ ਉੱਤੇ ਰੱਖਿਆ ਪਨੀਰ ਅਤੇ ਦੋਸਤੋ ਹੁਣ ਆ ਗਈ ਚਟਨੀ ਅਤੇ ਉੱਤੇ ਪਾ ਰਹੇ ਦੋਸਤੋ ਬਹੁਤ ਹੀ ਸਵਾਦ ਇਹਨਾਂ ਦੀ ਗ੍ਰੇਵੀ ਅਤੇ ਦੋਸਤੋ ਹੁਣ ਆ ਗਿਆ ਪਿਆਜ ਅਤੇ ਦੋਸਤੋ ਇਸ ਤੋਂ ਬਾਅਦ ਹੁਣ ਪਾਉਣਗੇ ਉੱਪਰ ਖੱਟਾ ਅਤੇ ਉਸ ਤੋਂ ਬਾਅਦ ਦੋਸਤੋ ਇਹਨਾਂ ਦਾ ਬਹੁਤ ਹੀ ਸਵਾਦਿਸ਼ਟ ਜਿਹੜਾ ਅਚਾਰ ਇਹ ਨਾਲ ਦਿੰਦੇ ਨੇ ਜਿਹੜਾ ਇਹ ਆਪ ਬਣਾਉਂਦੇ ਨੇ। ਸੋ ਦੋਸਤੋ ਬਹੁਤ ਹੀ ਸਵਾਦ ਹੁੰਦੇ ਆ ਇਹਨਾਂ ਦੇ ਹਰ ਇੱਕ ਸਮਾਨ ਹਰ ਇੱਕ ਚੀਜ਼। ਅਤੇ ਦੋਸਤੋ ਹੁਣ ਆਪਣੀ ਪਲੇਟ ਲੱਗ ਕੇ ਰੈਡੀ ਹੋ ਗਈ ਆ ਅਤੇ ਭਟੂਰਿਆਂ ਦੀ ਵੇਟ ਕਰ ਰਹੀ ਆ। ਲਓ ਜੀ ਦੋਸਤੋ ਆਪਣੀ ਪਲੇਟ ਦੇ ਵਿੱਚ ਭਟੂਰੇ ਆ ਚੁੱਕੇ ਨੇ। ਇਹ ਛੋਲੇ ਆ ਉੱਤੇ ਗ੍ਰੇਵੀ ਪਾਈ ਉੱਤੇ ਪਨੀਰ ਆ ਦੋਸਤੋ, ਉਸ ਤੋਂ ਬਾਅਦ ਨਾਲ ਖੱਟਾ ਆ ਅਤੇ ਉਸ ਤੋਂ ਬਾਅਦ ਦੋਸਤੋ ਇਹਨਾਂ ਨੇ ਰੱਖਿਆ ਹੋਇਆ ਇਹਨਾਂ ਦਾ ਪਰਸਨਲ ਬਣਾਇਆ ਹੋਇਆ ਅਚਾਰ ਜਿਹੜਾ ਕਿ ਦੋਸਤੋ ਬਹੁਤ ਹੀ ਜ਼ਿਆਦਾ ਸਵਾਦ ਹੁੰਦਾ ਆ। ਅਤੇ ਉਸ ਤੋਂ ਬਾਅਦ ਦੋਸਤੋ ਪਿਆਜ ਨਾਲ ਚਟਨੀ ਦੇ ਨਾਲ ਬਹੁਤ ਹੀ ਫਲੱਫੀ ਜਿਹੇ ਭਟੂਰੇ ਜਿਹੜੇ ਕਿ ਦੋਸਤੋ ਤੁਹਾਡੇ ਮੂੰਹ ਦੇ ਵਿੱਚ ਪਾਉਂਦੇ ਹੀ ਖੁਰਦੇ ਨੇ। ਸੋ ਦੋਸਤੋ ਇੱਕ ਵਾਰੀ ਜ਼ਰੂਰ ਤੁਸੀਂ ਜਾ ਕੇ ਭਲਵਾਨ ਜੀ ਦੇ ਛੋਲੇ ਭਟੂਰੇ ਚੈੱਕ ਕਰਕੇ ਆਇਓ, ਖਾ ਕੇ ਆਇਓ। ਅਗਰ ਦੋਸਤੋ ਤੁਸੀਂ ਖਾਧੇ ਨੇ ਤੁਹਾਨੂੰ ਪਤਾ ਇਹਨਾਂ ਦੇ ਲੋਕੇਸ਼ਨ ਦਾ ਅਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜਿਨ੍ਹਾਂ ਜਿਨ੍ਹਾਂ ਨੇ ਇਹ ਖਾਧੇ ਨੇ ਅਤੇ ਜਿਨ੍ਹਾਂ ਜਿਨ੍ਹਾਂ ਨੂੰ ਇਹ ਸਵਾਦ ਲੱਗਦੇ ਨੇ। ਸੋ ਦੋਸਤੋ ਥੋੜ੍ਹੀ ਥੋੜ੍ਹੀ ਬਾਰਿਸ਼ ਹੋ ਚੁੱਕੀ ਹੈ ਅਤੇ ਮੌਸਮ ਅਤੇ ਮਾਹੌਲ ਦੋਸਤੋ ਬਹੁਤ ਹੀ ਵਧੀਆ ਹੋ ਗਿਆ ਅਤੇ ਹੁਣ ਅਸੀਂ ਜਾ ਰਹੇ ਹਾਂ ਗੋਲੀ ਵਾਲਾ ਮੱਤਾ ਪੀਣ ਅੱਗੇ ਆਪਣੀ ਅਗਲੀ ਲੋਕੇਸ਼ਨ 'ਤੇ। ਸੋ ਦੋਸਤੋ ਆਪਾਂ ਆਪਣੀ ਪਹੁੰਚ ਚੁੱਕੇ ਹਾਂ ਨੈਕਸਟ ਲੋਕੇਸ਼ਨ 'ਤੇ ਬਦਤਾ ਸਿੰਘ ਕੋਲਡ ਡਰਿੰਕ ਵਾਲਿਆਂ ਦੇ। ਸੋ ਦੋਸਤੋ ਪੀਂਦੇ ਹਾਂ ਇੱਥੋਂ ਗੋਲੀ ਵਾਲਾ ਮੱਤਾ। ਅੰਕਲ ਦੁੱਧ ਤੁਹਾਡਾ ਦਿਓ। ਅੱਛਾ ਦੁੱਧ ਤੁਹਾਡਾ ਖਤਮ ਹੋ ਗਿਆ। ਓਹੋ। ਸੋ ਦੋਸਤੋ ਅੱਜ ਤੋਂ ਥੋੜ੍ਹਾ ਮੈਨੂੰ ਠੰਡਾ ਲੱਗਦਾ ਆ ਅਤੇ ਦੁੱਧ ਤੁਹਾਡਾ ਦੋਸਤੋ ਇੱਥੇ ਮੁੱਕ ਗਿਆ ਆ ਅਤੇ ਹੁਣ ਆਪਾਂ ਕਿਸੇ ਨੈਕਸਟ ਟਾਈਮ ਇੱਥੇ ਆਵਾਂਗੇ ਅਤੇ ਆਹ ਵਾਲੀ ਫਰੈਚ ਆਣ ਕੇ ਦੁੱਧ ਤੁਹਾਡਾ ਪੀ ਕੇ ਜਾਵਾਂਗੇ। ਸੋ ਦੋਸਤੋ ਇਹਨਾਂ ਦਾ ਦੁੱਧ ਤੁਹਾਡਾ ਜਿਹੜਾ ਆ ਉਹ ਬਸ ਇੱਥੋਂ ਜਲੰਧਰ 'ਚ ਇੱਕ ਜਗ੍ਹਾ ਤੋਂ ਮਿਲਦਾ ਆ, ਹੋਰ ਨਹੀਂ ਦੋਸਤੋ ਕਿਤੋਂ ਮਿਲਦਾ ਅਤੇ ਬਹੁਤ ਸਵਾਦ ਹੁੰਦਾ। ਹਾਈਲੀ ਰੈਕਮੈਂਡ ਆ ਦੋਸਤੋ ਤੁਹਾਨੂੰ ਅਤੇ ਇੱਥੇ ਆ ਕੇ ਇੱਕ ਵਾਰੀ ਜ਼ਰੂਰ ਪੀ ਕੇ ਜਾਇਓ। ਇਹ ਪੈਂਦਾ ਆ ਕਿਸ਼ਨਪੁਰਾ ਚੌਂਕ ਦੋਸਤੋ, ਕਿਸ਼ਨਪੁਰਾ ਚੌਂਕ ਦੇ ਵਿੱਚ ਦੋਸਤੋ ਇਹਨਾਂ ਦੀ ਦੁਕਾਨ ਆ। ਦੁੱਧ ਤੁਹਾਡਾ ਦੋਸਤੋ ਇਹਨਾਂ ਦਾ ਬਹੁਤ ਜ਼ਿਆਦਾ ਸਵਾਦ ਹੁੰਦਾ, ਮੈਂ ਪਰਸਨਲੀ ਤਕਰੀਬਨ 10 ਸਾਲ ਤੋਂ ਪੀ ਰਿਹਾ ਦੋਸਤੋ। ਸੋ ਹੁਣ ਚੱਲਦੇ ਹਾਂ ਆਪਣੀ ਨੈਕਸਟ ਡਿਸੀਜ਼ਨ 'ਤੇ, ਤੁਸੀਂ ਦੇਖਦੇ ਹਾਂ ਤੁਹਾਨੂੰ ਦਿਖਾਉਂਦੇ ਹਾਂ ਕਿ ਜਿਹੜੀ ਵਧੀਆ ਚੀਜ਼ ਆ ਦੋਸਤੋ ਖਾਣ ਵਾਸਤੇ। ਸੋ ਦੋਸਤੋ ਦੁੱਧ ਤੁਹਾਡਾ ਤੁਹਾਨੂੰ ਨਹੀਂ ਮਿਲਿਆ ਤਾਂ ਚਲੋ ਹੁਣ ਚਪੀਲ ਹੀ ਪੀਂਦੇ ਹਾਂ। ਸੋ ਦੋਸਤੋ ਦੁੱਧ ਤੁਹਾਡਾ ਹੀ ਬੁਲਾਉਂਦੇ ਆ। ਬਸ ਬਸ ਜੀ।
ਸੋ ਦੋਸਤੋ ਦੁੱਧ ਤੁਹਾਡਾ ਤਾਂ ਨਹੀਂ ਮਿਲਿਆ ਪਰ ਆਪਾਂ ਨੂੰ ਛਬੀਲ ਦੇ ਵਿੱਚ ਸੱਚੀ ਦੁੱਧ ਤੁਹਾਡਾ ਮਿਲ ਗਿਆ ਅੱਜ ਦੇਖੋ ਕਿਸਮਤ ਆਪਣੀ ਸੋ ਦੋਸਤੋ ਤੁਸੀਂ ਜੁੜੇ ਰਹੋ ਇਸ ਤਰ੍ਹਾਂ ਸਾਡੀ ਵੀ ਕਿਸਮਤ ਵਧੀਆ ਹੋ ਜਾਣੀ ਆ ਅਤੇ ਹੁਣ ਚੱਲਦੇ ਆਪਾਂ ਆਪਣੀ ਅਗਲੀ ਲੋਕੇਸ਼ਨ 'ਤੇ ਭਗਤ ਸਿੰਘ ਚੌਂਕ ਅਤੇ ਨਾਲ ਹੀ ਆਪਾਂ ਪਹੁੰਚ ਗਏ ਆਪਣੀ ਦੂਜੀ ਲੋਕੇਸ਼ਨ 'ਤੇ ਅਸਲੀ ਭਲਵਾਨ ਦਾ ਨਿਊਟਰੀ ਕੁਲਚਾ ਸੋ ਦੋਸਤੋ ਬਹੁਤ ਮਸ਼ਹੂਰ ਦੁਕਾਨ ਇਹਨਾਂ ਦੀ ਅਤੇ ਮੈਂ ਜਦੋਂ ਵੀ ਸ਼ਹਿਰ ਆਉਂਦਾ ਇਹਨਾਂ ਦੇ ਨਿਊਟਰੀ ਕੁਲਚਾ ਜ਼ਰੂਰ ਖਾ ਕੇ ਜਾਂਦਾ ਭਾਜੀ ਹੁਣੀ ਅੰਮ੍ਰਿਤਸਰ ਤੋਂ ਹਾਂ ਸੋ ਦੋਸਤੋ ਕਰਦੇ ਹਾਂ ਗੱਲ ਅਤੇ ਖਾਣੀ ਨਿਊਟਰੀ ਕੁਲਚੇ ਹੁਣ ਹੋਰ ਕਿੱਦਾਂ ਭਾਅ ਜੀ ਕਿਆ ਗੱਲ ਲਾਇਓ ਭਾਅ ਜੀ ਸੋ ਦੋਸਤੋ ਆਪਣੀ ਪਲੇਟ ਲੱਗ ਰਹੀ ਹੈ ਹੁਣ ਅਤੇ ਇਹ ਦੋਸਤੋ ਮੇਰੇ ਪਰਸਨਲੀ ਬਹੁਤ ਫੇਵਰੇਟ ਆ ਅਤੇ ਮੇਰੇ ਯਾਰ ਦੋਸਤ ਮੈਨੂੰ ਖੇਡਦੇ ਵੀ ਹੁੰਦੇ ਆ ਕਹਿੰਦੇ ਕਿ ਨਿਊਟਰੀ ਕੁਲਚੇ ਬਹੁਤ ਖਾਣਾ ਪਰ ਦੋਸਤੋ ਹੁੰਦੇ ਬਹੁਤ ਸਵਾਦ ਨਾਲ ਨਿਊਟਰੀ ਕੁਲਚੇ ਭਾਈ ਹੁਣਾਂ ਦੇ ਜਲੰਧਰ ਦੇ ਫਗਵਾੜਾ ਗੇਟ ਦੇ ਵਿੱਚ ਦੋਸਤੋ ਦੁਕਾਨ ਆ ਇਹ ਦੋਸਤੋ ਇਹਨਾਂ ਨੇ ਪਾਇਆ ਦੇਸੀ ਘਿਓ ਉੱਪਰ ਨਿਊਟਰੀ ਕੁਲਚੇ ਦੇ ਸੋ ਦੋਸਤੋ ਜਿਹੜੇ ਕੁਲਚੇ ਆ ਇਹ ਸਪੈਸ਼ਲ ਅੰਮ੍ਰਿਤਸਰ ਤੋਂ ਲੈ ਕੇ ਆਉਂਦੇ ਆ ਅਤੇ ਦੇਸੀ ਘਿਓ ਦੇ ਨਾਲ ਦੋਸਤੋ ਚੋਪੜ ਕੇ ਦਿੰਦੇ ਦੋਸਤੋ ਇਹ ਠੀਕ ਠੀਕ ਸੋ ਦੋਸਤੋ ਇਹ ਨਿਊਟਰੀ ਕੁਲਚੇ ਦੀ ਪਲੇਟ ਅਤੇ ਨਿਊਟਰੀ ਦੋਸਤੋ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਹੁੰਦੀ ਇਹਨਾਂ ਦੀ ਅਤੇ ਉੱਪਰ ਦੋਸਤੋ ਦੇਸੀ ਘੇ ਪਾਉਂਦੇ ਨੇ ਉੱਪਰ ਇਹ ਅਤੇ ਦੋਸਤੋ ਕੁਲਚੇ ਨੇ ਕੁਲਚੇ ਜਿਹੜੇ ਦੋਸਤੋ ਇਹ ਹੈਗੇ ਆ ਇਹ ਸਪੈਸ਼ਲ ਅੰਮ੍ਰਿਤਸਰ ਤੋਂ ਦੋਸਤੋ ਕੁਲਚੇ ਆਉਂਦੇ ਨੇ ਇਹ ਸੋ ਦੋਸਤੋ ਇਹਦੇ ਨਾਲ ਔਫਰ ਹੁੰਦਾ ਲੱਸੀ ਤੁਸੀਂ ਜਿੰਨੀ ਮਰਜ਼ੀ ਪੀ ਸਕਦੇ ਇੱਥੇ ਨਿਊਟਰੀ ਕੁਲਚੇ ਲੱਸੀ ਦੋਸਤੋ ਅਨਲਿਮਿਟਡ ਫ੍ਰੀ ਆ ਦੋਸਤੋ ਇੱਥੇ ਹਾਈਲੀ ਰਿਕਮੈਂਡ ਆ ਇਹ ਤੁਹਾਨੂੰ ਇੱਕ ਵਾਰੀ ਜਲੰਧਰ ਦੇ ਭਗਤ ਸਿੰਘ ਚੌਂਕ ਦੇ ਵਿੱਚ ਆਣ ਕੇ ਜ਼ਰੂਰ ਟਰਾਈ ਕਰੋ ਅੰਮ੍ਰਿਤਸਰੀਆਂ ਦੇ ਅਸਲੀ ਭਲਵਾਨ ਭਾਜੀ ਉਹਨਾਂ ਦੇ ਨਿਊਟਰੀ ਕੁਲਚੇ ਸੋ ਦੋਸਤੋ ਕਰਦੇ ਇਸ ਬਲੌਗ ਨੂੰ ਖਤਮ ਅਤੇ ਮਿਲਦੇ ਹਾਂ ਕਿਸੇ ਅਗਲੇ ਬਲੌਗ ਦੇ ਵਿੱਚ